ਹੈਲੋ एवरीवन ਮੈਂ ਮੋਹਨ ਲੁਰੜਾ ਟੈਟ ਬਜ਼ਰ ਅਕੈਡਮੀ ਬੋਹਰ ਪੰਜਾਬ ਤੋਂ ਐਸ ਸੋਨਿੰਗ ਪਲੇਟਫਾਰਮ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਜੀ ਗਾਇਸ ਇਹ ਵੀਡੀਓ ਰਹਿਣ ਵਾਲੀ ਹੈ 치ੜੇ ਸਟੂਡੈਂਟਸ ਪੋਲੀਟੀ ਲੈਕਚਰਰ ਕੈਡਰ ਦੀ ਤਿਆਰੀ ਦੇ ਲਈ ਅੱਗੇ ਵਧ ਰਹੇ ਹੈਗੇ ਆ ਉਹਨਾਂ ਦੇ ਲਈ ਸਪੈਸ਼ਲੀ ਜੋ 72 ਜੌਬਸ ਪਿਛਲੇ ਦਿਨਾਂ ਵਿੱਚ ਆਊਟ ਹੋਈਆਂ ਸਿਗੀਆਂ ਬਹੁਤ ਇੰਪੋਰਟੈਂਟ ਇਹ ਵੈਕੈਂਸੀ ਉਹਨਾਂ ਸਾਰੇ ਸਟੂਡੈਂਟਸ ਦੇ ਲਈ ਜਿਨ੍ਹਾਂ ਨੇ ਮਾਸਟਰਸ ਕਰੀ ਹੋਈ ਹੈ ਪੋਲੀਟੀ ਦੇ ਵਿੱਚ ਹਾਂ ਉਸ ਤੋਂ ਪਹਿਲਾਂ ਜੋ ਬੈਕਗ੍ਰਾਉਂਡ ਹੈ ਗ੍ਰੈਜੂਏਸ਼ਨ ਦੇ ਵਿੱਚ ਵੀ ਪਾਲਿਟੀ ਪੜ੍ਹੀ ਹੋਣੀ ਚਾਹੀਦੀ ਹੈ ਦੈਨ ਬੀਅਰਡ ਲੈਵਲ ਤੇ ਲਾਈਕ ਹੁਣ ਹਾਲੇ ਤੱਕ ਤਾਂ આજ ਦੀ ਡੇਟ ਵਿੱਚ ਤਾਂ ਉੱਥੇ ਪਾਲਿਟੀ ਟੀਚਿੰਗ ਆਫ ਪਾਲਿਟੀ ਉਹਨਾਂ ਨੇ ਕਹੀ ਹੈ ਬਟ ਐਸਐਸਟੀ ਬਹੁਤ ਜਲਦੀ ਕੰਸੀਡਰ ਹੋ ਜਾਏਗੀ ਵੈਸੇ ਵੀ ਅਸੀਂ ਜਦੋਂ ਪਤਾ ਕਰਵਾਇਆ ਸੀ ਤਾਂ ਐਸਐਸਟੀ ਉਹਨਾਂ ਨੇ ਕੰਸੀਡਰ ਹੀ ਦੱਸ ਸੀ ਸੀ ਬਟ ਬੋਰਡ ਬੋਰਡ ਜਲਦੀ ਸੋਧ ਪੱਤਰਿਕ ਜਾਰੀ ਵੀ ਕਰੇਗਾ ਸੋ ਇੱਕ ਡੀਟੇਲਡ ਡਿਸਕਸ਼ਨ ਮੈਂ ਕਿਉਂਕਿ ਸਿਲੇਬਸ ਨਹੀਂ ਮਿਲ ਪਾਰਿਆ ਸਟੂਡੈਂਟਸ ਨੂੰ ਉਸ ਦੇ ਰਿਗਾਰਡਿੰਗ ਐਂਡ ਪ੍ਰੋਪਰ ਔਨਲਾਈਨ ਕੋਚਿੰਗ ਦਾ ਪ੍ਰੋਸੈਸ ਦੋਨੋਂ ਗੱਲਾਂ ਜਿਹੜੇ ਸਟੂਡੈਂਟਸ ਇਸ ਦੇ ਲਈ ਅੱਗੇ ਵਧ ਰਹੇ ਐ ਸੋ ਉਹਨਾਂ ਲਈ ਦੱਸਣ ਵਾਲਾ ਐਂਡ ਬਾਕੀ ਇੱਕ ਨਵੀਂ ਅਪਡੇਟ ਤਾਂ ਪਿਛਲੇ ਦਿਨਾਂ ਵਿੱਚ ਹੋ ਹੀ ਗਈ ਸੀ ਕਿ ਪੋਲੀਟੀ ਲੈਕਚਰਰ ਕੈਡਰ ਦੀ ਜਿਹੜੇ ਤਿਆਰੀ ਕਰ ਰਹੇ ਐ ਸਟੂਡੈਂਟਸ 55% ਚਾਹੀਦੇ ਐ ਸਭ ਸਟੂਡੈਂਟ ਨੂੰ ਮਾਸਟਰਸ ਦੇ ਵਿੱਚ ਜਿਨ੍ਹਾਂ ਨੇ ਪੋਲੀਟੀ ਦੇ ਵਿੱਚ ਮਾਸਟਰਸ ਕੀਤੀ ਹੋਈ ਐ ਤੇ 50% ਚਾਹੀਦੇ ਆ ਦੂਸਰੇ ਸਬ ਅਦਰ ਕੈਟਾਗਰੀ ਦੇ ਕੈਂਡੀਡੇਟਸ ਨੂੰ ਜਰਨਲ ਨੂੰ 55% ਸੋ ਪੋਲਿਟੀਕਲ ਸਾਇੰਸ ਲੈਕਚਰਰ ਕੈਡਰ ਦਾ ਸਿਲੇਬਸ ਐਂਡ ਇਸ ਤੇ ਨਾਲ-ਨਾਲ ਔਨਲਾਈਨ ਕੋਚਿੰਗ ਦਾ ਪ੍ਰੋਸੈਸ ਦੋਨੋਂ ਗੱਲਾਂ ਤੁਹਾਨੂੰ ਇਹਦੇ ਵਿੱਚ ਮੈਂ ਦੱਸਣ ਵਾਲਾ ਹਾਂ ਦੇਖੋ ਗਾਇਸ ਇਸ ਤੇ ਵਿੱਚ ਇੱਕ ਖਾਸ ਚੀਜ਼ ਜੋ ਸਭ ਤੋਂ ਜ਼ਿਆਦਾ ਜੋ ਸਾਨੂੰ ਧਿਆਨ ਵਿੱਚ ਰੱਖਣੀ ਪੈਣੀ ਹੈ ਉਹ ਇਹ ਹੈ ਕਿ ਇਹਦਾ ਸਿਲੇਬਸ ਜੋ ਹੈ ਥੋੜਾ ਜਿਹਾ ਵਾਈਡ ਹੈ ਅੰਦਰ ਵਿੱਚ ਤੁਹਾਨੂੰ ਇੰਡੀਅਨ ਪੋਲੀਟੀ ਵੀ ਪੜ੍ਹਨੀ ਹੈ ਤੁਹਾਨੂੰ ਵਰਲਡ ਪੋਲੀਟੀ ਵੀ ਪੜ੍ਹਨੀ ਹੈ ਤੁਹਾਨੂੰ ਇਸ ਦੇ ਕਰੰਟ ਅਫੇਅਰਸ ਵੀ ਪੜ੍ਹ ਕੇ ਜਾਣੇ ਹੈ ਤਿੰਨ ਤਰੀਕੇ ਨਾਲ ਇਹ ਵੰਡਿਆ ਜਾਏਗਾ ਇੰਡੀਅਨ ਪੋਲਿਟਿਕਸ ਵਰਲਡ ਪੋਲਿਟਿਕਸ ਤੇ ਉਹਨਾਂ ਦੇ ਕਰੰਟ ਅਫੇਅਰਸ ਤਿੰਨੋਂ ਚੀਜ਼ਾਂ ਅਸੀਂ ਤੁਹਾਨੂੰ ਕੰਪਲੀਟ ਐਸ ਬੈਚ ਦੇ ਵਿੱਚ ਕਵਰ ਕਰਾਂਗੇ ਕਿਉਂਕਿ ਟੈਡ ਬਜ਼ਰ ਅੱਜ ਲਗਭਗ 3 ਸਾਲ ਦੇ ਲਗਭਗ ਦਾ ਸਮਾਂ ਹੋ ਚੁੱਕਿਆ ਆਨਲਾਈਨ ਕੋਚਿੰਗ ਅਲੱਗ-ਅਲੱਗ ਟਾਈਪ ਦੇ ਬੈਚਸ ਟੈਡ ਬਜ਼ਰ ਨਿਕਾਲਦਾ ਜਾ ਰਿਹਾ ਹੈ ਪੂਰਾ ਐਕਸਪੀਰੀਅੰਸ ਕੋਚਿੰਗ ਸੈਂਟਰ ਹੈ ਇਸ ਮਾਮਲੇ ਵਿੱਚ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਤਾਂ ਪੋਲੀਟੀ ਲੈਕਚਰਰ ਕੈਟਰ ਦੇ ਲਈ ਤੁਹਾਨੂੰ ਇੱਕ ਬੈਚ ਮਿਲਣ ਵਾਲਾ ਹੈ ਜਿਸਦੇ ਵਿੱਚ ਹੋਏਗਾ ਕਿ ਕਲਾਸਿਸ ਬਿਲਕੁਲ ਤੁਹਾਡੇ ਲਈ ਲਾਈਵ ਰਹਿਣ ਵਾਲੀਆਂ ਹੈ ਅਗਰ ਲਾਈਵ ਕਲਾਸਿਸ ਤੁਸੀਂ ਮਿਸ ਕਰ ਰਹੇ ਹੋ बेफिक्र हो जाओ रिकॉर्डिंग बिल्कुल मिलन गुस्सी उस किसी भी टाइम से देख सकते हो चाहे रात 12 बजे देख लो चाहे नैक्सट डे मोरनिंग 5 बजे देख लो है ना जो भी थोड़ी इच्छा है बस आ, लाइव uh, अटेंड करना है तो कर सकते हो नहीं तो रिकॉर्डिंग्स पे डिपेंड रहो टॉपिक वाइज ਕਿਉਰੀ ਹੋਏਗੀ ਟੋਪਿਕ ਵਾਈਜ਼ MCQਜ਼ ਹੋਣਗੇ ਜੋ ਕਹਨੇ ਆ ਉਸ ਸੱਚੀ ਮੁੱੱਚੀ ਵਿੱਚ ਕਰਦੇ ਹਾਂ ਸਟੂਡੈਂਟਸ ਇਸ ਚੀਜ਼ ਨੂੰ ਜਾਣਦੇ ਐ ਇਹ ਨਹੀਂ ਐ ਕਿ ਸਿਰਫ ਇਹ ਗੱਲਾਂ ਲਿਖੀਆਂ ਹੋਈਆਂ ਤੇ ਕਰਦੇ ਨਹੀਂ ਆ ਇਹ ਚੀਜ਼ ਬਿਲਕੁਲ ਹੋਏਗੀ ਐਂਡ ਸਭ ਤੋਂ ਵੱਡੀ ਚੀਜ਼ ਕਿ ਤੁਹਾਨੂੰ ਹੋ ਸਕਦਾ ਇੱਕ ਸਿੰਗਲ ਲੈਂਗੁਏਜ ਵਿੱਚ ਮੈਟਰ ਵੀ ਨਾ ਮਿਲ ਪਾਏ ਬਟ ਅਸੀਂ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਕੰਪਲੀਟ ਮੈਟਰ ਲਾਸਟ ਤੱਕ य नहीं है कि एक अभी पी डी एफ थो डैमो के तौर पर दिखा दी लास्ट तक सारा मटीरियल बायिंग होएगा इंग्लिश एंडी देखगा हालांकि इन्हों डेमो दे लैक्चर देखने वास्तव की कर सकते हो भी मैं दस दूंगा फुल सिलेबस परी डी एफ नोट्स रहेंगे जो कि लास्ट तक थोड़े लिए टेट बजर एपते अवेलेबल होने वाले है अभी दोचर हाँ जो कि थोड़े लिए कवर करा मैं खुद अनमोल अरोड़ा एंड मेरे न साथ देन अमन सर ठीक है ਇਵਨ ਇਹ ਬੈਚ ਸਾਡਾ ਰਨਿੰਗ ਮੋਡ ਦੇ ਵਿੱਚ ਹੈ ਜਿੰਨੇ ਲੈਕਚਰਸ ਪ੍ਰੀਵੀਅਸ ਸਟੇਜ ਤੇ ਹੋ ਚੁੱਕੇ ਐ ਉਹ ਤੁਹਾਨੂੰ ਐਂ ਦੇ ਵਿੱਚ ਪ੍ਰੀ ਰਿਕਾਰਡਡ ਮਤਲਬ ਰਿਕਾਰਡਡ ਫਾਰਮ ਦੇ ਵਿੱਚ ਮਿਲ ਜਾਣਗੇ ਅੱਗੇ ਦੇ ਤੁਸੀਂ ਸਾਡੇ ਨਾਲ ਲਾਈਵ ਕਲਾਸਿਸ ਅਟੈਂਡ ਕਰ ਸਕਦੇ ਹੋ ਐਸ ਤੇ ਔਨਲਾਈਨ ਕੋਚਿੰਗ ਦੇ ਲਈ ਵੈਸੇ ਤੁਹਾਨੂੰ ਕਿਸੇ ਵੀ ਟਾਈਪ ਦੀ ਕੁਐਰੀ ਹੋਏਗੀ ਤਾਂ ਤੁਸੀਂ ਐਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਆਦਰਵਾਇਸ ਮੈਂ ਪਹਿਲੀ ਗੱਲ ਦੱਸ ਦੇਣਾ ਚਾਹਣਾ ਉਸ ਤੋਂ ਵੀ ਪਹਿਲਾਂ ਤੁਸੀਂ ਕੀ ਕੰਮ ਕਰੋ ਸਾਡੀ ਐਪ ਨੂੰ ਇੰਸਟਾਲ ਕਰਨਾ ਹੈ ਜਿਸ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੈ ਉੱਥੇ ਤੁਸੀਂ ਇਹਨਾਂ ਦੇ ਪ੍ਰੋਪਰ ਵੀਡੀਓ ਲੈਕਚਰਸ ਦੇ ਡੈਮੋਸ ਪਲੱਸ ਪੀਡੀਐਫ ਦੇ ਡੈਮੋਸ ਤੁਸੀਂ ਦੋਨੋਂ ਚੀਜ਼ਾਂ ਦੇਖ ਸਕਦੇ ਹੋ ਜਿੱਦਾਂ ਦਾ ਸਟੱਡੀ ਮਟੀਰੀਅਲ ਤੁਹਾਨੂੰ ਅਵੇਲੇਬਲ ਹੋਏਗਾ ਉਹ ਤੁਸੀਂ ਦੇਖ ਸਕਦੇ ਹੋ ਈਵਨ ਇੱਕ ਨੀਚੇ ਪਲੇਲਿਸਟ ਦਾ ਲਿੰਕ ਵੀ ਤੁਹਾਨੂੰ ਨਜ਼ਰ ਆ ਜਾਏਗਾ ਜਿੰਦਾ ਕਿ ਤੁਸੀਂ ਡਾਇਰੈਕਟ YouTube ਤੋਂ ਵੀ ਤੁਸੀਂ ਡੈਮੋਸ ਚੈੱਕ ਕਰ ਸਕਦੇ ਹੋ ਬਟ ਜ਼ਿਆਦਾ ਬੈਨੀਫਿਟ ਤੁਹਾਨੂੰ ਉੱਥੋਂ ਚੈੱਕ ਕਰਨ ਦਾ ਹੈ ਕਿਉਂਕਿ ਤੁਹਾਨੂੰ ਪੂਰਾ ਸਟਰਕਚਰ ਪਤਾ ਲੱਗਦਾ ਹੈ ਕਿ ਅੱਗੇ ਤੁਹਾਡਾ ਕੋਰਸ ਚੱਲੇਗਾ ਕਿਸ ਪੈਟਰਨ ਦੇ ਵਿੱਚ ਠੀਕ ਹੈ ਉਹ ਚੀਜ਼ ਹੋ ਜਾਂਦੀ ਹੈ ਲਾਈਵ ਕਲਾਸਿਸ ਪੇਡ ਕੋਰਸ ਦੀ ਸਿਰਫ ਤੁਸੀਂ ਉਦੋਂ اٹੈਂਡ ਕਰ ਸਕਦੇ ਹੋ ਜਦੋਂ ਤੁਸੀਂ ਪੇਡ ਕੋਰਸ ਜੁਆਇਨ ਕਰ ਲੈਂਦੇ ਹੋ ਬਟ ਲਾਈਵ ਕਲਾਸਿਸ ਦੇ ਡ ਮੈਂ ਜਸਤਨ ਸਿਲੇਬਸ ਦੇ ਲਈ ਵੀ ਗਾਈਡ ਕਰਨ ਵਾਲਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਤੁਹਾਨੂੰ ਇੰਡੀਅਨ ਪੋਲਿਟੀ, ਵਰਲਡ ਪੋਲਿਟੀ ਤੇ ਕਰੰਟ ਅਫੇਅਰ ਸਭ ਕੁਝ ਪੜ੍ਹਨਾ ਹੈ ਸੋ ਪੋਲਿਟੀਕਲ ਸਾਇੰਸ ਦੇ ਲਈ ਇੰਡੀਅਨ ਕਨਸਟੀਟਿਊਸ਼ਨ ਤੇ ਪ੍ਰੀਅੰਬਲ ਬਹੁਤ ਇੰਪੋਰਟੈਂਟ ਟੌਪਿਕ ਹੈ ਨੈਸ਼ਨਲ ਤੇ ਇੰਪੋਰਟੈਂਟ ਰੀਜਨਲ ਪਾਰਟੀਆਂ ਜੋ ਖੇਤਰੀ ਦਲ ਨੇਗੇ ਸਾਡੇ ਸਪੈਸ਼ਲੀ ਪੰਜਾਬ ਦੇ ਖੇਤਰੀ ਦਲਾਂ ਤੋਂ ਬਹੁਤ ਸਾਰੀ ਕੁਐਸ਼ਨ ਸਾਡੇ ਸਾਹਮਣੇ ਹੋਣਗੇ ਸਾਡੇ ਪੇਪਰਸ ਦੇ ਵਿੱਚ ਠੀਕ ਹੈ ਉਸ ਤੋਂ ਐਕਸਟਰਾ ਇੰਟਰਸਟ ਗਰੁੱਪ ਸਾਨੂੰ ਪੜ ਕੇ ਜਾਣੇ ਆ ਫੈਡਰਲਿਜ਼ਮ ਜੋ ਇੰਡੀਆ ਵਿੱਚ ਹੈਗਾ ਹੈ ਸੈਂਟਰ ਤੇ ਸਟੇਟ ਦੇ ਵਿਚਕਾਰ ਜੋ ਸੰਬੰਧ ਹੈਗੇ ਆ ਉਹ ਸਾਨੂੰ ਪੜਨੇ ਹੈਗੇ ਆ ਮਾਸ ਮੀਡੀਆ ਤੇ ਪਬਲਿਕ opinion ਜੋ ਲੋਕ ਮਤ ਹੈ ਉਸ ਨੂੰ ਡਿਟੇਲ ਦੇ ਵਿੱਚ ਪੜ ਕੇ ਜਾਣਾ ਹੈ ਉਸ ਦੇ ਫੈਕਟਰਸ ਤੇ ਸਭ ਕੁਝ ਫੰਡਾਮੈਂਟਲ ਰਾਈਟਸ ਨੂੰ ਇੱਕ ਤਾਂ ਨੋਰਮਲ ਪੜਨਾ ਹੈ ਇੱਕ ਫੰਡਾਮੈਂਟਲ ਰਾਈਟਸ ਦਾ ਕੰਪੈਰੀਜ਼ਨ ਕਰਨਾ ਹੈ ਅਦਰ ਕੰਟਰੀਜ਼ ਦੇ ਨਾਲ ਠੀਕ ਹੈ ਇਹ ਉਹਦੋਂ ਤੁਹਾਡਾ ਟਾਪਿਕ ਹੁੰਦਾ ਜਦੋਂ ਤੁਸੀਂ ਬਾਕੀ ਸਭ ਕੁਝ ਕਵਰ ਕਰ ਲੈਂਦੇ ਹੋ ਫੰਡਮੈਂਟਲ ਰਾਈਟਸ ਬਾਕੀਆਂ ਦੇ ਦੇਖ ਲੈਂਦੇ ਹੋ ਫਿਰ ਤੁਹਾਨੂੰ ਉਹਦਾ ਕੰਪੈਰੀਜ਼ਨ ਦੇਖਣਾ ਪੈਂਦਾ ਹੈ ਆਈਡੀਓਲੋਜੀਸ ਇਹ ਸਾਰੀਆਂ ਮਤਲਬ ਇਹ ਇੰਡੀਅਨ ਪੋਲਿਟਿਕਸ ਵਾਲਾ ਸਾਰਾ ਕਨਸੈਪਟ ਵੇਰੇ ਅੰਡਰ ਹੀ ਰਹਿਣ ਵਾਲਾ ਹੈ ਲਿਬਰਲਿਜ਼ਮ ਨਿਓ ਲਿਬਰਲਿਜ਼ਮ ਸੋਸ਼ੀਅਲਿਜ਼ਮ ਗਾਂਧੀਸਮ ਫੈਸੀਜ਼ਮ ਨਾਜ਼ ਨਾਜ਼ੀਜ਼ਮ ਠੀਕ ਹੈ ਇਹ ਸਭ ਕੁਝ ਸਾਰਟਿਕਲ ਦੇ ਵਿੱਚ ਕਵਰ ਹੋਣ ਵਾਲਾ ਹੈ ਬਹੁਤ ਸਾਰੀ ਇੰਪੋਰਟੈਂਟ ਅਪਰੋਚੀਜ਼ ਜਿਗੀਆਂ ਹੈ ਟਰੈਡੀਸ਼ਨਲ ਐਂਡ मॉडर्न अप्रोचेस ऑफ पॉलिटिक्स है पॉलिटिकल सिस्टम इन डिटेल्स अनुसारा पढ़ के जाना है ठीक है उसके अलावा मार्क्सिज्म अप्रोच द हैगी है हैगी है कुछ सारी थ्योरीज है, है सोशल कॉन्ट्रैक्ट थ्योरी उसके अलावा एक आप बहुत इंपॉर्टेंट ट्रेन वाला पॉलिटिकल थिंकर्स जिन दे बीच नेहरू जी गांधी जी और बिंदु घोष ਡਾਕਟਰ ਅੰਬੇਦਕਰ ਠੀਕ ਹੈ ਹੌਬਸ ਮੈਕਸ ਵੈਬਰ ਲੋਕ ਰੂਸੋ ਅਲੱਗ-ਅਲੱਗ ਟਾਈਪ ਦੇ ਇਹਦੇ ਵਿੱਚ ਪੋਲੀਟੀਕਲ ਥਿੰਕਰਸ ਅਗੇ ਹੈ ਜਸ ਤੁਹਾਨੂੰ ਇੰਡੀਆ ਲੈਵਲ ਦੀ ਨਹੀਂ ਵਰਲਡ ਲੈਵਲ ਦੇ ਵੀ ਪੋਲੀਟੀਕਲ ਥਿੰਕਰਸ ਇੱਥੇ ਤੁਹਾਨੂੰ ਪੜ੍ਹ ਕੇ ਜਾਣੇ ਹੋਣਗੇ ਉਸ ਸੀਜ਼ਨ ਸਬੰਧ ਦੇ ਵਿੱਚ ਤੁਹਾਨੂੰ ਕਵਰ ਕਰਨੀਆਂ ਹੋਣਗੀਆਂ ਕਾਲਮਾਰक्स ਦੀ ਬਹੁਤ ਇੰਪੋਰਟੈਂਸ ਆਪਣੇ ਆਪ ਵਿੱਚ ਕੁਝ ਖਾਸ ਕਨਸੈਪਟਸ ਹੈ ਗਿਆ ਪੰਜਾਬ ਦੀ ਪੋਲਿਟਿਕਸ ਹੈ ਤਾਂ ਇਹਨਾਂ ਦਿਨਾਂ ਵਿੱਚ ਵੈਸੀ ਇੱਕ ਕਰੰਟ ਅਫੇਅਰਸ ਦੇ ਨਾਲ ਖੂਬ ਭਰੀ ਹੋਈ ਹੈ ਸੋ ਇੱਥੋਂ ਖੂਬ ਸਾਰੇ ਕੁਐਸਚਨਸ ਅਸੀਂ ਉੱਥੇ ਪਾਵਾਂਗੇ ਪੇਪਰ ਦੇ ਵਿੱਚ ਪੂਰੀ ਹੋਪ ਰਹੇਗੀ ਬਿਊਰੋਕ੍ਰੇਸੀ ਹੈ ਠੀਕ ਹੈ ਇਸ ਦੇ ਬਾਰੇ ਵਿੱਚ ਹੋਣ ਵਾਲੀ ਗੱਲਾਂ ਇੰਡੀਅਨ ਪੋਲਿਟੀਕਲ ਸਿਸਟਮ ਨੂੰ ਹੋਰ ਵੀ ਇੱਧਾ ਐਲੈਬੋਰੇਟ ਕੀਤਾ ਗਿਆ ਹੈ ਲਾਈਕ ਸੈਂਟਰ ਗਵਰਨਮੈਂਟ ਦਾ ਸਾਰਾ ਸਿਸਟਮ ਸਟੇਟ ਗਵਰਨਮੈਂਟ ਦਾ ਸਾਰਾ ਸਿਸਟਮ ਉਹ ਸੈਂਟਰ ਗਵਰਨਮੈਂਟ ਵਿੱਚ ਪਾਰਲੀਮੈਂਟ ਪ੍ਰੈਜ਼ੀਡੈਂਟ ਉਹਨਾਂ ਦੀ ਐਮਰਜੈਂਸੀ ਪਾਵਰਸ ਪ੍ਰਾਈਮ ਮਿਨਿਸਟਰ ਕਾਉਂਸਲ ਆਫ ਮਿਨਿਸਟਰ ਕੈਗ ਬਗਰ ਉਹ ਸਭ ਕੁਝ ਹੰਦੇ ਵਿੱਚ ਤੁਹਾਡੇ ਲਈ ਕਵਰ ਹੋਏਗਾ ਇਸ ਤੋਂ ਇਲਾਵਾ ਸਟੇਟ ਗਵਰਨਮੈਂਟ ਦੇ ਵਿੱਚ ਉਦਾਂ ਹੀ ਉਹੀ ਚੀਜ਼ਾਂ ਸਟੇਟ ਲੈਵਲ ਤੇ ਚਲੀਆਂ ਜਾਣਗੀਆਂ ਗਵਰਨਰ ਚੀਫ ਮਿਨਿਸਟਰ ਗਵਰਨਰ ਐਸ ਈਜੈਂਟ ਪਾਵਰਸ ਇੰਡੀਅਨ ਜੁਡੀਸ਼ਰੀ ਜਿਸ ਦੇ ਵਿੱਚ ਤੁਸੀਂ ਜੁਡੀਸ਼ਰੀ ਸਿਸਟਮ ਪਾਉਂਦੇ ਹੋ ساری ਜੋ ਸਾਡੀ ਇੰਟੀਗ੍ਰੇਟਿਡ ਹੈ ਇੱਕੀਕ੍ਰਿਤ ਹੈ ਸੁਪਰੀਮ ਕੋਰਟ ਹਾਈ ਕੋਰਟ ਜੁਡੀਸ਼ੀਅਲ ਰਿਵਿਊ ਇਹ ਸਭ ਕੁਝ ਇੰਡੀਅਨ ਵਾਲਾ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਇਹ ਵਾਲਾ ਜੋ ਹਾਲੇ ਤੱਕ ਤੁਸੀਂ ਆਲਮੋਸਟ ਦੇਖ ਪਾ ਰਹੇ ਹੋ ਇਹ ਸਾਰੇ ਟੌਪਿਕਸ ਮੇਰੇ ਉਹਨਾਂ ਦੇ ਇੰਪੋਰਟੈਂਟ ਅਮੈਂਡਮੈਂਟਸ ਰਾਈਟ ਟੂ ਐਜੂਕੇਸ਼ਨ ਜੋ ਆਇਆ 2009 ਵਿੱਚ ਰਾਈਟ ਟੂ ਇਨਫੋਰਮੇਸ਼ਨ ਸਾਨੂੰ ਸਭ ਨੂੰ ਜੋ ਹੈ ਇਨਫੋਰਮੇਸ਼ਨ ਪ੍ਰਾਪਤ ਕਰਨ ਦਾ ਵੀ ਅਧਿਕਾਰ ਰਿਗਾ ਹੈ ਅਸੀਂ ਅਲੱਗ-ਅਲੱਗ ਡਿਪਾਰਟਮੈਂਟਸ ਤੋਂ ਇਨਫੋਰਮੇਸ਼ਨ ਲੈ ਸਕਦੇ ਆ ਸੋ 2005 ਵਾਲਾ ਇਹ ਵੀ ਸਾਨੂੰ ਇਹਦੇ ਲਈ ਪੜਨਾ ਪੈਂਦਾ ਹੈ ਆਰਟੀਆਈ ਐਂਡ ਆਰਟੀਈ ਦੋਨੋਂ ਬਹੁਤ ਇੰਪੋਰਟੈਂਟ ਹੈ ਤੁਹਾਡੇ ਪੇਪਰ ਦੇ ਵਿੱਚ ਬਹੁਤ ਇੰਪੋਰਟੈਂਸ ਸਾਨੂੰ ਪੋਲਿਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਨੈਸ਼ਨਲ ਲੈਵਲ ਤੇ ਇੰਡੀਆ ਲੈਵਲ ਤੇ ਐਂਡ ਉਸ ਤੋਂ ਵੀ ਇਲਾਵਾ ਗ੍ਰਾਸ ਰੂਟ ਲੈਵਲ ਮਤਲਬ ਨੀਚਲੇ ਲੈਵਲ ਤੋਂ ਸਾਨੂੰ ਪੰਚਾਇਤ ਸਿਸਟਮ ਪੜਨਾ ਹੈ ਸਾਨੂੰ ਅ ਅਸੀਂ ਅਗਰ ਗੱਲ ਕਰਦੇ ਹਾਂ ਅਰਬਨ ਸਿਸਟਮ ਸਾਰਾ ਪੜ੍ਹ ਕੇ ਜਾਣਾ ਹੈ ਉਹ ਸਾਰੇ ਦਾ ਸਾਰਾ ਇਹਦੇ ਵਿੱਚ ਗਰਾਸ ਰੂਟ ਲੈਵਲ ਤੋਂ ਜਾਣਾ ਪੈਗਾ ਡੈਮੋਕ੍ਰੇਸੀ ਸਾਰੀ ਇਹਦੇ ਵਿੱਚ ਪੜ੍ਹਨੀ ਹੋਏਗੀ ਫੰਡਾਮੈਂਟਲ ਰਾਈਟਸ ਫੰਡਾਮੈਂਟਲਲੀ ਊਟ ਇਜ਼ ਡਾਇਰੈਕਟਿਵ ਪ੍ਰਿੰਸੀਪਲਸ ਡੀ ਪੀ ਐਸ ਪੀ ਜੀ ਨੂੰ ਆਪਾਂ ਇਨ ਸ਼ੋਰਟ ਬੋਲਦੇ ਨੇ 51 A ਦਾ ਸਾਰਾ ਇਹ ਸਿਸਟਮ ਠੀਕ ਹੈ ਮਤਲਬ ਕਿ ਇੰਡੀਅਨ ਕਨਸਟੀਟਿਊਸ਼ਨ ਦਾ ਸਾਨੂੰ ਫਿੰਗਰਸ ਤੇ ਟਿਪਸ ਤੇ ਹੋਣਾ ਚਾਹੀਦਾ ਹੈ ਸਾਰਾ ਕੁਝ ਉਹ ਚੀਜ਼ ਹੈ ਇਲੈਕਸ਼ਨ ਦਾ ਪ੍ਰੋਸੀਜਰ ਕੀ ਹੈ ਠੀਕ ਹੈ ਇਲੈਕਸ਼ਨ ਕਮਿਸ਼ਨ ਉਹ ਫਿੰਡਿਆ ਦੇ ਬਾਰੇ ਵਿੱਚ ਹਰ ਇੱਕ ਚੀਜ਼ਾਂ ਕਿਵੇਂ ਹੁੰਦੀਆਂ ਨੇ ਫੋਰਨ ਦੇ ਨਾਲ ਜਿੱਦਾਂ ਅਲੱਗ-ਅਲੱਗ ਆਰਗੇਨਾਈਜੇਸ਼ਨ ਦੇ ਨਾਲ ਰਿਲੇਸ਼ਨ ਸਾਰਕ UNNO ਇਹ ਕੁਝ ਖਾਸ ਇੰਪੋਰਟੈਂਸ ਹੈ ਕਾਮਨਵੈਲਥ ਕੰਟਰੀਜ਼ ਪੰਚਸ਼ੀਲ ਜਿਹੜਾ ਕਿ ਚਾਈਨਾ ਦੇ ਨਾਲ ਹੈ ਡਿਸ armament ਅਥਿਆਰਮਾਲੋਜਿਸ ਬਹੁਤ ਇੰਪੋਰਟੈਂਟ ਸੀਜ਼ ਆ ਇਸ ਤੋਂ ਇਲਾਵਾ ਇੰਪੋਰਟੈਂਟ ਥੀਰੀਜ਼ ਤੁਹਾਡੇ ਲਈ ਠੀਕ ਹੈ ਇਸ ਤੋਂ ਇਲਾਵਾ ਆਗੀ ਵਰਲਡ ਪੋਲਿਟਿਕਸ ਤੋਂ ਵਰਲਡ ਪੋਲਿਟਿਕਸ ਦੇ ਵਿੱਚ UNNO ਦੇ ਇਨ ਡੀਟੇਲ ਇਨ ਡੈਪਥ ਆਰਗਨਸ ਨੂੰ ਪੜ੍ਹ ਕੇ ਜਾਣੇ ਹੈ ਸਾਰਕ ਲੀਗ ਆਫ ਨੇਸ਼ਨ ਜਦੋਂ ਪਹਿਲਾਂ ਆਇਆ ਸੀਗਾ UNNO ਬਾਅਦ ਵਿੱਚ ਆਇਆ ਸੀਗਾ ਹਨਾ ਸੋ ਇਹ ਸਾਰੀ ਗੱਲਾਂ ਠੀਕ ਹੈ ਥਰਡ ਵਰਲਡ ਕੰਟਰੀਜ਼ ਐਂਡ ਪੋਲਿਟਿਕਸ ਇੰਪੀਰੀਅਲਿਜ਼ਮ ਨਿਊ ਇੰਪੀਰੀਅਲਿਜ਼ਮ ਕਲੋਨੀਅਲਿਜ਼ਮ ਇੰਟਰਨਲ ਇੰਟਰਨੈਸ਼ਨਲ ਪੋਲਿਟਿਕਸ ਸਾਰੀ ਪੜ੍ਹਨੀ ਹੋਏਗੀ ਕੋਲਡ ਵਾਰ ਸੁਪਰ ਵਾਰ ਨਿਊ ਸੁਪਰ ਪਾਵਰ ਠੀਕ ਹੈ ਬਲੋਕ ਨਿਊਕਲੀਅਰ ਏਜ ਕਨਸਟੀਟਿਊਸ਼ਨ ਆਫ ਯੂਕੇ ਯੂਐਸਐਸਆਰ ਅਲੱਗ-ਅਲੱਗ ਤਰ੍ਹਾਂ ਦੀ ਕੰਟਰੀਜ਼ ਦਾ ਤੁਹਾਨੂੰ ਲਾਈਕ ਸਵਿਟਜ਼ਰਲੈਂਡ ਦਾ ਵੀ ਪੜਨਾ ਹੈ ਤੁਹਾਨੂੰ ਯੂਐਸ ਦਾ ਵੀ ਪੜਨਾ ਹੈ ਲਾਈਕ ਜਿਸ ਨੂੰ ਆਪਾਂ ਅਮਰੀਕਾ ਕਹਿੰਦੇ ਆ ਯੂਐਸਏ ਯੂਨਾਈਟਿਡ ਸਟੇਟਸ ਆਫ ਅਮਰੀਕਾ ਅਲੱਗ-ਅਲੱਗ ਕੰਟਰੀਜ਼ ਦਾ ਤੁਹਾਨੂੰ ਕਨਸਟੀਟਿਊਸ਼ਨ ਪੂਰਾ ਇਨ ਡੈਪਥ ਪੜ੍ਹ ਕੇ ਜਾਣਾ ਹੈ ਫਿਰ ਇਹਨਾਂ ਨੂੰ ਇੰਡੀਆ ਦੇ ਨਾਲ ਕੰਪੈਰੀਜ਼ਨ ਕਰਦੇ ਹੋਏ ਹਰ ਇੱਕ ਚੀਜ਼ ਤੁ ਕੰਟਰੀਜ਼ ਦੀ ਹਰ ਇੱਕ ਮਤਲਬ ਕਿ ਕਨਸਟੀਟਿਊਸ਼ਨ ਕੰਪੇਅਰ ਕੀਤਾ ਜਾਏਗਾ ਇੱਕ ਕਨਸਟੀਟਿਊਸ਼ਨ ਨੂੰ ਦੂਸਰੇ ਕਨਸਟੀਟਿਊਸ਼ਨ ਦੇ ਨਾਲ ਕੰਪੇਅਰ ਕੀਤਾ ਜਾਏਗਾ ਸੋ ਉਹ ਸਾਰੀ ਗੱਲਾਂ ਇਹ ਸਾਰੇ ਦੇ ਸਾਰੇ ਬਹੁਤ ਸਾਰੇ ਇੰਪੋਰਟੈਂਟ ਫੈਕਟਸ ਇਹ ਸਭ ਥੋਰਡਲੀ ਇਹਦੇ ਵਿੱਚ ਕਵਰ ਹੋਣ ਵਾਲੇ ਆ ਪੋਲੀਟੀਕਲ ਪਾਰਟੀਆਂ ਸੀਆਂ ਹਨਾ ਕਿੰਗਸ਼ਿਪ ਇਹ ਸਾਰਾ ਕੁਝ ਸਾਡੇ ਲਈ ਇਹਦੇ ਵਿੱਚ ਹੈ ਪਾਰਲੀਮੈਂਟ ਸਿਸਟਮ ਜੋ ਅਸੀਂ ਅਡਾਪਟ ਕੀਤਾ ਹੈ ਯੂਕੇ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਇਹ ਸਭ ਕੁਝ ਗਾਈਜ਼ ਠੀਕ ਹੈ ਇਹ ਸਭ ਕੁਝ ਤੁਹਾਡੇ ਲਈ ਇਹਦੇ ਵਿੱਚ ਕਵਰ ਹੋਣ ਵਾਲਾ ਹੈ ਐਂਡ ਇਹ ਸਿ ਸਾਰਾ ਪੀਡ ਕੋਰਸ ਦੇ ਵਿੱਚ ਕਵਰ ਕਰਨ ਵਾਲਿਆਂ ਲਗਭਗ 2.5 ਤੋਂ 3 ਮਹੀਨੇ ਅਗਰ ਅਸੀਂ ਆਰਾਮ ਨਾਲ ਵੀ ਚੱਲਦੇ ਆ 2.5 ਤੋਂ 3 ਮਹੀਨੇ ਵਿੱਚ ਬੜੇ ਆਰਾਮ ਨਾਲ ਅਸੀਂ ਇਹ ਕੋਚਿੰਗ ਆਪਣੀ ਕਵਰ ਕਰ ਲਾਂਗੇ ਖਤਮ ਕਰ ਲਾਂਗੇ ਸਾਰੇ ਦੇ ਸਾਰੇ ਸਿਲੇਬਸ ਨੂੰ ओके ਤਾਂ ਇਹਦੇ ਲਈ ਤੁਸੀਂ ਆਪਣਾ ਜੋ ਹੈ ਬੈਚ ਜੁਆਇਨ ਕਰ ਸਕਦੇ ਹੋ ਡੈਮੋਸ ਦੇਖੋ ਸਭ ਤੋਂ ਪਹਿਲਾਂ ਜਿਸ ਤੇ ਲਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਸ ਦਾ ਲਿੰਕ ਵੈਸੇ ਵੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਐਪ ਦਾ ਲਿੰਕ ਵੀ ਹੈ ਨੀਚੇ ਜਾ ਕੇ ਜੋ ਪੋਲਿਟਿਕਸ ਹੈ ਪੋਲੀਟੀ ਲੈਕਚਰਰ ਕੈਡਰ ਦੀ ਇੱਕ ਪਲੇਲਿਸਟ ਵੀ ਹੈ ਉੱਥੋਂ ਜਾ ਕੇ ਵੀ ਤੁਸੀਂ ਸਾਡੇ ਡੈਮੋਸ ਦੇਖ ਸਕਦੇ ਹੋ ਦੋਨੋਂ ਟੀਚਰਸ ਦੇ ਮੇਰੇ ਤੇ ਅਮਨ ਸਰ ਦੇ ਐਂਡ ਤੁਸੀਂ ਆਪਣੀ ਕੋਚਿੰਗ ਚਾਹੋ ਤਾਂ ਸਾਡੇ ਨਾਲ ਸਟਾਰਟ ਕਰ ਸਕਦੇ ਹੋ ਵਧੀਆ ਲੱਗਣ ਤੇ ਠੀਕ ਹੈ एंड अदरवाइज़ कोचिंग स्टार्ट करनी है तो कोई करनी है या नहीं करनी वो एक अलग पॉइंट है हालांकि सिलेबस का लिंक भी अपने टेलीग्राम चैनल पर अवेलेबल है सिलेबस पूरे का पूरा अदरवाइज इसका लिंक मैं भी डिस्क्रिप्शन में भी दे दूंगा तो खुद डाउनलोड भी कर सकते हो ठीक है यस्ट इतने पूरी डिटेल मिली हुई है एस जो डाउनलोड करोगे ईवन नीचे भी है ऐप का लिंक है आईओएस यूजर वास्ते अलग तो है ਠੀਕ ਹੈ ਤੇ politcal cadre ਜੋ politcal science ਤੁਹਾਨੂੰ बैचਸ ਜਾ ਕੇ ਜੋ ਐਪ ਤੇ ਮਿਲੇਗਾ ਨਾ ਉਹ ਆਹੀ ਨਈਮ ਤੋਂ ਮਿਲੇਗਾ politcal science ਲੈਕਚਰ ਕੈਡਰ 72 ਜobs ਤਾਂ online coaching full syllabus ਵਾਲਾ ਜੋ ਕੋਰਸ ਹੋਏਗਾ ਇਸ ਨੂੰ ਤੁਸੀਂ ਦੇਖ ਸਕਦੇ ਹੋ ਲਾਈਵ ਤੇ ਪ੍ਰੀ ਰਿਕਾਰਡਡ ਕਲਾਸਿਸ ਦੋ ਬਸ਼ਾਈ ਕੋਰਸ ਹੋਣ ਵਾਲਾ ਇੰਗਲਿਸ਼ ਤੇ ਪੰਜਾਬੀ ਵਿੱਚ ਟੋਪਿਕ ਵਾਈਜ਼ ਵੀਡੀਓ ਲੈਕਚਰ ਹੋਣਗੇ ਪੂਰੇ ਸਿਲੇਬਸ ਦੇ ਪੀਡੀਐਫ ਨੋਟਸ ਹੋਣਗੇ ਇਹ ਨਹੀਂ ਹੈ ਕਿ ਕੋਈ ਇੱਕ ਪੀਡੀਐਫ ਮਿਲ ਗਈ ਅਗਲੀ ਨਹੀਂ ਮਿਲੇਗੀ ਹਰ ਇੱਕ ਚੀਜ਼ ਦੀ ਪੀਡੀਐਫ ਹਰ ਇੱਕ ਪੀਡੀਐਫ ਤੁਹਾਡੇ ਲਾਸਟ ਤੱਕ ਤੁਹਾਨੂੰ ਮਿਲਦੀ ਰਹੇਗੀ ਟੋਪਿਕ ਵਾਈਜ਼ ਐਮਸੀਕਿਊਜ਼ ਵੀਡੀਓ ਸੋਲੂਸ਼ਨ ਦੇ ਨਾਲ ਹੁੰਦੇ ਆ ਇਹ ਨਹੀਂ ਹੈ ਕਿ ਐਮਸੀਕਿਊਜ਼ ਦੇ ਕੇ ਛ कोचिंग होएगी एकदम परफेक्ट तरीके पूरी कंप्लीट होएगी बाकी बैच ज्वाइन करना है पेट कोर्स ज्वाइन करना है या नहीं करना वो एक अलग चीज़ है बट फ्री व्हाट्सएप ग्रुप का जरूर तो जो है बेनिफिट उठाना जिसके लिए तुसी करना की है अपना नाम लिखना है पेपर तुसी तैयारी कर रहे हो मतलब कि लैक्चरार कैडर पॉलिटी के लिए ठीक है ਉਹ ਤੁਸੀਂ ਦੇਖ ਸਕਦੇ ਹੋ ਐਸੇ ਤਰ੍ਹਾਂ ਨਾਲ ਵੈਸੀ ਹਿਸਟਰੀ ਦਾ ਵੀ ਬੈਚ ਆਪਣੇ ਕੋਲ अवेलेबल ਹੈ ਪੋਲੀਟੀ ਹਿਸਟਰੀ ਤੁਸੀਂ ਮੈਂਸ਼ਨ ਕਰੋਗੇ ਸਾਨੂੰ ਜਦੋਂ ਤੁਸੀਂ WhatsApp ਤੇ ਮੈਸੇਜ ਕਰੋਗੇ ਸ਼ਹਿਰ ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਮੇਲ ਹੋ ਜਾਂ ਫੀਮੇਲ ਹੋ ਸਾਰੀ ਜਾਣਕਾਰੀ ਤੁਸੀਂ ਇਸ ਦਿੱਤੇ ਗਏ ਨੰਬਰ ਤੇ ਸਾਨੂੰ ਫਾਰਵਰਡ ਕਰੋਗੇ ਜਿੰਨਾ ਜਲਦੀ ਹੋ ਸਕੇਗਾ ਅਸੀਂ ਤੁਹਾਨੂੰ ਇਹਨਾਂ ਫ੍ਰੀ WhatsApp ਗਰੁੱਪਸ ਦਾ ਹਿੱਸਾ ਬਣਾਵਾਂਗੇ ਐਂਡ ਅੱਗੇ ਦੇ ਕੁਝ ਹੋਰ ਇੰਪੋਰਟੈਂਟ ਲੈਕਚਰਸ ਦੇ ਲਿੰਕਸ ਤੁਹਾਨੂੰ ਉੱਥੇ ਆਉਣ ਵਾਲੇ ਦਿਨਾਂ ਵਿੱਚ ਇੱਕ ਇੰਪੋਰਟੈਂਟ ਸੀਰੀਜ਼ ਜੋ ਸਟਾਰਟ ਹੋਣ ਜਾ ਰਹੀ ਹੈ ਜਾਂ ਚੱਲਦੀ ਵੀ ਰਹਿੰਦੀ ਹੈ ਸਾਡੇ ਤਾਂ ਉਹਨਾਂ ਫ੍ਰੀ ਲੈਕਚਰਸ ਦੇ ਲਿੰਕਸ ਵੀ ਤੁਹਾਨੂੰ ਇੱਥੇ ਮਿਲਦੇ ਰਹਿਣਗੇ ਇਸ ਤੋਂ ਇਲਾਵਾ ਮਾਸਟ ਕੈਡਰ ਦੀ 2022 ਜੋ ਪੋਸਟ ਆਈਆਂ ਹੋਈਆਂ 2022 ਦੇ ਵਿੱਚ 4161 ਜੋਬਸ ਤਾਂ ਉਹਨਾਂ ਦੇ ਲਈ ਵੀ ਕੋਚਿੰਗ ਆਪਣੀ ਟੈਡ ਬਜ਼ਾਰ ਐਪ ਤੁਹਾਨੂੰ ਮਿਲ ਚਾਏਗੀ ਪੰਜਾਬੀ ਦੇ ਲਈ ਹਿੰਦੀ ਦੇ ਲਈ ਐਸਐਸਟੀ ਇੰਗਲਿਸ਼ ਇਹ ਸਾਰੇ ਬੈਚਸ ਤੁਹਾਨੂੰ ਟੈਡ ਬਜ਼ਰ ਐਪ ਤੇ ਮਿਲ ਜਾਣਗੇ ਈਟਟੀਟੀ ਸੈਂਕਿਡ ਪੇਪਰ ਦਾ ਵੀ ਹੈ ਅਗਰ ਕੋਈ ਕਿਸ ਨੂੰ ਤੁਸੀਂ ਰეკਮੈਂਡ ਕਰਨਾ ਚਾਹੁੰਦੇ ਹੋ ਠੀਕ ਹੈ ਆਰਟ ਐਂਡ ਕraft ਦੇ ਲਈ ਵੀ ਬੈਚ ਸਟਾਰਟ ਹੋ ਰਿਹਾ ਹੈ 250 ਜੋਬਸ ਦੇ ਲਈ ਪੀਟੀਆਈ ਦੇ ਲਈ ਸਿਲੇਬਸ ਆਣਾ ਬਾਕੀ ਹੈ ਜਦੋਂ ਵੀ ਮਤਲਬ ਐਡਵਰਟਾਈਜ਼ਮੈਂਟ ਆਉਂਦੀ ਹੈ ਸਿਲੇਬਸ ਆਉਂਦੀ ਹੈ ਤਾਂ ਅਸੀਂ ਜ਼ਰੂਰ ਤੋਂ ਸ਼ੁਰੂ ਕਰਾਂਗੇ ਓਕੇ ਜੀ ਬਾਕੀ ਫ੍ਰੀ WhatsApp ਗਰੁੱਪ ਸਭ ਨੇ ਜ਼ਰੂਰ ਤੋਂ ਜੁਆਇਨ ਕਰਨਾ ਹੈ ਜਿਸ ਦਾ ਤੁਸੀਂ ਹੁਣੇ ਹੀ ਸਕਰੀਨਸ਼ਾਟ ਲੈ ਸਕਦੇ ਹੋ ਤੇ ਬਾਅਦ ਵਿੱਚ ਆਪਣੀ ਉਸ ਰਿਸਪੌਂਸਿਬਿਲਟੀ ਨੂੰ ਜੋ ਹੈ ਤੁਸੀਂ ਪੂਰਾ ਕਰ ਸਕਦੇ ਹੋ ਗਾਇਸ ਮਿਲਦੇ ਹਾਂ ਅਸੀਂ ਆਪਣੇ ਨੈਕਸਟ ਸੈਸ਼ਨ ਦੇ ਵਿੱਚ ਇਦਾਂ ਦੇ ਕੁਝ ਹੋਰ ਇੰਪੋਰਟੈਂਟ ਅਪਡੇਟਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਹੈ ਐਂਡ ਬਾਕੀ ਹੋਰ ਤੁਹਾਡੀ ਕੋਈ ਵੀ ਕੁਐਰੀ ਹੈ ਤਾਂ ਤੁਸੀਂ ਇਸ ਦੇ ਲਈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਹੈਲਪਲਾਈਨ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਬਾਏ ਬਾਏ ਟੇਕ ਕੇਅਰ